ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਹੈ ਅਸੀਂ ਕੋਈ ਉਹਨਾਂ ਦੀ ਮਿੰਤਾ ਕਰਕੇ ਨਹੀਂ ਅਸੀਂ ਪੰਜਾਬ ਚ ਲਾਉਣਾ ਅਸੀਂ ਆਪਣੇ ਪੈਰਾਂ ਤੇ ਖੜੇ ਹੋਵਾਂਗੇ ਪੰਜਾਬ ਪੈਰਾਂ ਤੇ ਖੜਾ ਹੋ ਰਿਹਾ ਹੈ ਪੰਜਾਬ ਆਪਣਾ ਰੈਵਨਿਊ ਵੀ ਉੱਪਰ ਕਰ ਰਿਹਾ ਹੈ ਪੰਜਾਬ ਚ ਨੌਕਰੀਆਂ ਵੀ ਮਿਲ ਰਹੀਆਂ ਨੇ ਪੰਜਾਬ ਚ ਸਕੂਲ ਵੀ ਖੁੱਲ ਰਹੇ ਨੇ ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ ਪੰਜਾਬ ਚ ਆਮ ਆਦਮੀ ਕਲੀਨਿਕ 664 ਖੁੱਲ ਗਏ 100 150 ਹੋਰ ਤਿਆਰ ਹੈ ਪੰਜਾਬ ਦੇ ਵਿੱਚ ਬਸ ਸਟੈਂਡ ਨਵੇਂ ਬਣ ਰਹੇ ਨੇ ਕਚਹਿਰੀਆਂ ਦੀਆਂ ਤਹਿਸੀਲ ਕੰਪਲੈਕਸਾਂ ਦੀਆਂ ਬਿਲਡਿੰਗਾਂ ਨਵੀਆਂ ਬਣ ਰਹੀਆਂ ਨੇ ਹੁਣ ਕਿਲੇ ਬਣਨ ਲੱਗੀਆਂ ਜੀ ਸਾਲ ਡੇਢ ਸਾਲ ਚ ਕਿਵੇਂ ਬਣਨ ਲੱਗੀਆਂ ਇਹ ਤੋਂ ਪਹਿਲਾਂ ਕਿਉਂ ਨਹੀਂ ਬਣੀਆਂ 74 ਸਾਲ ਚ 75 ਸਾਲ ਚ ਨੀਅਤ ਹੈ ਨਹੀਂ ਸੀ ਨੀਅਤ ਖੋਟੀ ਸੀ ਪੈਸੇ ਖਾਂਦੇ ਸੀ ਜਗਾ 12 ਤਾਂ ਟੋਲ ਪਲਾਜੇ ਹੀ ਬੰਦ ਕਰਤੇ ਆਪਾਂ ਨੇ ਖਾਸ ਤੌਰ ਤੇ ਇਧਰ ਲੱਕੇ ਨੂੰ ਆਉਣ ਵਾਲੇ ਜਿਹੜੇ ਉੱਥੋਂ ਚੰਡੀਗੜ੍ਹੋਂ ਚੱਲੋ ਗੁਰਦਾਸਪੁਰ ਆਉਣਾ ਹੋਵੇ ਬਹੁਤ ਪੰਜ ਸੱਤ ਟੋਲ ਪਲਾਜੇ ਸੀਗੇ ਬੰਦ ਕੀਤੇ ਕਿੰਨੇ ਕਿੰਨੇ ਸਾਲ ਵੱਧ ਲਾ ਗਏ ਅਹੀਂ ਚਲਾ ਗਏ ੱੱੱਕੇ ਨਾਲ ਹੀ ਆਪਾਂ ਕਿਹੜਾ ਪੁੱਛਦੇ ਆ ਉੱਥੇ ਕਿਸੇ ਨੂੰ ਭਈਆ ਐਗਰੀਮੈਂਟ ਦਿਖਾਓ ਸੋ ਇਸ ਕਰਕੇ ਵੀਰੋ ਇਹਨਾਂ ਤੇ ਕੋਈ ਯਕੀਨ ਨਾ ਕਰੋ ਆ ਆ ਆ ਜਿਹੜਾ ਤੁਹਾਡਾ ਲੋਕ ਸਭਾ ਦਾ ਐਮਪੀ ਹੈ ਇਤਲੇ ਵੀ ਸੱਚ ਸੱਚ ਦੱਸਿਓ ਆਖਰੀ ਵਾਰੀ ਕਦੋਂ ਦੇਖਿਆ ਸੀ ਇੱਥੇ ਇਲਾਕੇ 'ਚ ਵੋਟਾਂ ਮਿਲੇ ਨਾ ਦੇਖ ਲਓ ਹਾਂ ਹਾਂ ਆਪਦੀ ਫਿਲਮ ਦੀ ਸ਼ੂਟਿੰਗ ਕਰਕੇ ਫਿਲਮ ਦੀ ਕਾਮਯਾਬੀ ਵਾਸਤੇ ਦਰਬਾਰ ਸਾਹਿਬ ਮੱਥਾ ਟੇਕਣ ਜ਼ਰੂਰ ਆਗੇ ਪਰ ਉੱਥੋਂ 40 ਕਿਲੋਮੀਟਰ ਆ ਗੁਰਦਾਸਪੁਰ ਇੱਥੇ ਨਹੀਂ ਆਇਆ ਕਿਉਂਕਿ ਉਹਨਾਂ ਨੂੰ ਲੋੜ ਹੀ ਨਹੀਂ ਜੀ ਉਹਨਾਂ ਨੂੰ ਕੀ ਲੋੜਾ ਉਹਨਾਂ ਨੂੰ ਕੀ ਲੋਕਾਂ ਦਾ ਦਰਦ ਹੈ ਉਹ ਤਾਂ 2.5 ਕਿਲੋ ਦਾ ਹੱਥ ਲੈ ਕੇ ਫਰੀ ਜਾਂਦੇ ਨੇ ਤੇ ਲੋਕਾਂ ਦੇ ਹੱਥ ਜਿਹੜੇ ਨੇ ਉਹਨਾਂ 'ਚ ਬਿਆਈਆਂ ਪੈ ਗਈਆਂ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਲੋਕਾਂ ਦਾ ਕੋਈ ਕੋਈ ਸਵਾਰਿਆ ਹੁੰਦਾ ਕੁਝ ਕੋਈ ਪਾਰਲੀਮੈਂਟ 'ਚ ਬੋਲਿਆ ਹੁੰਦਾ ਤੇ ਉਹਦੇ ਨਾਲ ਕੋਈ ਉੱਥੋਂ ਪੈਸੇ ਲੈ ਕੇ ਆਉਂਦੇ ਪ੍ਰੋਜੈਕਟਾਂ ਦੇ ਗੁਰਦਾਸਪੁਰ ਦੀ ਵੀ ਮੈਂ ਕਹਿੰਨਾ ਲਿਸ਼ਕ ਜਾਂਦੀ ਜਿਹੜੀ ਗੁਰਦਾਸਪੁਰ ਦੀ ਧਰਤੀ ਹੈ ਪਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇ ਰਾਏ ਦਰਸਤਾਏ ਆਪਾਂ ਦਿਲ ਨਹੀਂ ਛੱਡਣਾ ਆਪਾਂ ਨਿਰਾਸ਼ ਨਹੀਂ ਹੋਣਾ ਤੁਸੀਂ ਹੁਣ ਇਦਾਂ ਕਰਿਓ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦਾ ਬੂਟਾ ਲਾਓ ਫਲ ਤੇ ਫੁੱਲ ਤੁਹਾਨੂੰ ਅਸੀਂ ਦੇ ਕੇ ਦਿਖਾਵਾਂਗੇ ਕਿ ਕਿਵੇਂ ਕਰੀਦਾ ਹੁੰਦਾ ਕੰਮ ਸੋਇ ਤੋੜ ਦੋ ਮਿੱਥੋਂ ਕਿਉਂਕਿ ਗੁਰਦਾਸਪੁਰ ਤਾਂ ਉਹਨਾਂ ਦਾ ਜੀ ਹੁਸ਼ਿਆਰਪੁਰ ਉਹਨਾਂ ਦਾ ਹੈ ਜੀ ਕੋਈ ਕਿਸੇ ਦੇ ਨਾਂ ਰਿਸ਼ਤੀ ਨਹੀਂ ਕਰਾਈ ਆਪਾਂ ਜਦੋਂ ਉਹ ਆਪਣੇ ਨਹੀਂ ਹੈਗੇ ਆਪਾਂ ਕਿ ਉਹਨਾਂ ਦੇ ਬਈ ਆਪਣੇ ਕੋਲ ਲਿਖ ਕੇ ਦੇਤਾ ਉਹਨਾਂ ਨੂੰ ਸੋ ਇਸ ਕਰਕੇ ਗੁਰਦਾਸਪੁਰ ਦੀ ਧਰਤੀ ਸਾਡੇ ਕੋਲੇ ਜਿਹੜੇ ਸਰਵੇ ਆਏ ਨੇ ਉਹ ਤੇ ਗੁਰਦਾਸਪੁਰ ਹਾਰਪੁਰ ਕੀ ਸਾਰਾ ਪੰਜਾਬ ਹੀ ਇਸ ਗੱਲ ਤੇ ਆ ਕਹਿੰਦੇ ਐਤਕੀ ਝਾੜੂ ਫੇਰਾਂਗੇ ਮੈਂ ਤੁਹਾਨੂੰ ਦੱਸ ਦਿੰਨਾ 13 0 ਦੇ ਰਿਜ਼ਲਟ ਆਉਣਗੇ ਆ ਮਈ ਜੂਨ ਦੇ ਵਿੱਚ ਜਦੋਂ ਦੇਖ 13 0 ਔਰ ਨਾਲ ਇੱਕ ਬੋਨਸ ਵੀ ਦੇ ਰਹੇ ਹਾਂ ਜਿਵੇਂ ਆਪਾਂ ਕਹਿੰਦੇ ਨੇ ਆਪਾਂ ਜਦੋਂ ਦੁਕਾਨਦਾਰ ਕੋਲ ਛੋਟੇ ਹੁੰਦੇ ਜਾਂਦੇ ਸੀ ਬੱਚੇ ਕੋਈ ਚੀਜ਼ ਕਰਦਿਆਂ ਵਾਸਤੇ ਲੈਣੀ ਹੈ ਨਾਲ ਕਹਿੰਦੇ ਰੂੰਗਾ ਦੇ ਦਿਓ ਰੂੰਗਾ ਚਾਰ ਮਿੱਠੀਆਂ ਗੋਲੀਆਂ ਦੇਂਦਾ ਸੀ 13 ਦੇ ਨਾਲ ਰੂੰਗਾ ਵੀ ਦੇ ਰਹੇ ਆ ਕੇਜਰੀਵਾਲ ਸਾਹਿਬ ਚੰਡੀਗੜ੍ਹ ਦੇ ਰੂਪ ਚ ਚੰਡੀਗੜ੍ਹ ਵੀ ਆਪਾਂ ਆਮਾ ਦੀ ਪਾਰਟੀ ਦਾ ਝੰਡਾ ਗੱਡ ਰਹੇ ਆ ਇਸ ਵਾਰ